ਹਰ ਚੀਜ਼ ਹੋ ਸਕਦੀ ਆ ਜੇ ਆਪਣਾ ਦਿਮਾਗ ਅਤੇ ਆਪਣਾ ਦਿਲ ਚਾਹੁੰਦਾ ਆ ਅਤੇ ਆਪਣੀ ਜੇ ਇੱਛਾ ਅੰਦਰੋਂ ਇੱਛਾ ਤਾਂ ਆਪਾਂ ਹਰ ਚੀਜ਼ ਕਰ ਸਕਦੇ ਹਾਂ, ਕੋਈ ਚੀਜ਼ ਵੀ ਕਿਸੇ ਚੀਜ਼ ਤੋਂ ਘੱਟ ਨਹੀਂ ਹੈਗੀ। ਸਟੱਡੀ ਦੇ ਨਾਲ ਨਾਲ ਆਪਣੀ ਮੈਂ ਫਿਜ਼ੀਕ, ਆਪਣੀ ਬੋਡੀ, ਆਪਣੇ ਆਪ ਨੂੰ ਮੋਟੀਵੇਟ ਕਰਦਾ ਹੋਇਆ, ਨਾਲ ਨਾਲ ਆਪਣੇ ਅਤੇ ਨਾਲ ਜਿਮ ਕਰਦਾ ਹੋਇਆ ਅਤੇ ਆਪਣੀ ਬੋਡੀ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦਾ। ਖੇਡਦੇ ਖੇਡਦੇ ਅਤੇ ਲਾਗੇ ਮੋਟਰ ਚੱਲਦੀ ਪਈ ਸੀ, ਮੇਰਾ ਜਿਹੜਾ ਟੋਵਲ ਆ ਟੋਵਲ ਉਹਦੇ ਨਾਲ ਟੱਚ ਹੋ ਗਿਆ, ਉਹਦੇ ਉੱਤੇ ਡਿੱਗ ਗਿਆ ਅਤੇ ਉਹ ਮੇਰਾ ਹੱਥ ਉਸਦੇ ਵਿੱਚ ਫਸ ਗਿਆ ਅਤੇ ਉਹਦੇ ਵਿੱਚ ਫਸਣ ਕਰਕੇ ਅਤੇ ਮੇਰਾ ਹੱਥ ਨਾਲ ਐਟ ਅ ਟਾਈਮ ਹੀ ਅਲੱਗ ਹੋ ਗਿਆ। ਇਹ ਸਾਰਿਆਂ ਨੇ ਜਦੋਂ ਮੇਰਾ ਸਾਥ ਦਿੱਤਾ, ਮੈਨੂੰ ਚੰਗਾ ਫੀਲ ਕਰਾਇਆ, ਵਧੀਆ ਲੱਗਿਆ ਮੈਨੂੰ, ਮੈਂ ਹੌਲੀ ਹੌਲੀ ਕਰਕੇ ਯੂਜ਼ ਟੂ ਹੋ ਗਿਆ ਅਤੇ ਮੈਨੂੰ ਉਹ ਚੀਜ਼ਾਂ ਕਦੀ ਫੀਲ ਹੀ ਨਹੀਂ ਹੋਇਆ ਕਿ ਮੇਰਾ ਇੱਕ ਹੱਥ ਨਹੀਂ ਹੈਗਾ ਜਾਂ ਮੈਂ ਹੈਂਡੀਕੈਪਡ ਹਾਂ। ਆਪਾਂ ਜਿਮ 'ਚ ਜਾਵਾਂਗੇ, ਆਪਣਾ ਵਰਕਆਊਟ ਕਰਾਂਗੇ, ਸਰੀਰ ਦੀ ਮਿਹਨਤ ਕਰਾਂਗੇ, ਪਸੀਨਾ ਕੱਢਾਂਗੇ, ਆਪਣਾ ਆਟੋਮੈਟਿਕਲੀ ਸਰੀਰ ਆ ਖੁਰਾਕ ਮੰਗੂਗਾ ਚੰਗੀ, ਅਤੇ ਆਪਾਂ ਚੰਗੀ ਖੁਰਾਕ ਦੇਵਾਂਗੇ, ਆਪਣੀ ਸਿਹਤ ਬਣੂਗੀ, ਨਸ਼ਿਆਂ ਕੋਲੋਂ ਆਪਾਂ ਦੂਰ ਹੋਵਾਂਗੇ। ਬੇਹਿੰਮਤੇ ਹੋਣ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ। ਜੀ ਹਾਂ, ਇਹ 17 ਸ਼ਾਇਰ ਨੇ ਲਿਖੀਆਂ ਨੇ ਅਤੇ ਇਸ ਨੌਜਵਾਨ ਦੇ ਉੱਤੇ ਢੁੱਕਦੀਆਂ ਨੇ ਜਿਸ ਕੋਲ ਅੱਜ ਅਸੀਂ ਬਠਿੰਡਾ ਵਿਖੇ ਪੁੱਜੇ ਹਾਂ। ਹੈਂਡੀਕੈਪਟ ਹੋਣ ਦੇ ਬਾਵਜੂਦ ਇਹ ਨੌਜਵਾਨ ਹੋਰਨਾਂ ਨੌਜਵਾਨਾਂ ਲਈ ਮਿਸਾਲ ਬਣ ਰਿਹਾ, ਹੋਰਨਾਂ ਨੌਜਵਾਨਾਂ ਨੂੰ ਜਿੱਥੇ ਜਿੰਮ ਵੱਲ ਪ੍ਰੇਰਿਤ ਕਰ ਰਿਹਾ ਉੱਥੇ ਹੀ ਨਸ਼ੇ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਦਾ। ਨੌਜਵਾਨਾਂ ਮਿਲਾਉਂਦੇ ਹਾਂ ਤੁਹਾਨੂੰ, ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ। ਹਾਂਜੀ ਵੀਰ ਜੀ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਸਤਬੀਰ ਸਿੰਘ ਹੈ ਅਤੇ ਮੈਂ ਯੂਪੀ ਦਾ ਰਹਿਣ ਵਾਲਾ, ਲਖੀਮਪੁਰ ਡਿਸਟ੍ਰਿਕਟ ਖੀਰੀ ਉੱਥੋਂ ਦਾ ਰਹਿਣ ਵਾਲਾ ਹਾਂ ਅਤੇ ਪਿੰਡ ਦਾ ਮੇਰਾ ਨਾਂ ਹੈ ਹਜ਼ਰਤਪੁਰ। ਉੱਥੇ ਸਾਰਾ ਪਰਿਵਾਰ ਅਸੀਂ ਇਕੱਠੇ ਰਹਿੰਦੇ ਹਾਂ ਅਤੇ ਸਾਡਾ ਖੇਤੀ ਦਾ ਕੰਮ ਆ, ਅਸੀਂ ਖੇਤੀਬਾੜੀ ਨਾਲ ਜੁੜੇ ਹਾਂ ਸ਼ੁਰੂ ਤੋਂ। ਅਤੇ ਖੇਤੀਬਾੜੀ ਦਾ ਉੱਥੇ ਕੰਮ ਹੈਗਾ ਲਖੀਮਪੁਰੇ, ਤੁਸੀਂ ਰਹਿਣ ਵਾਲੇ ਹੋ, ਬਠਿੰਡਾ 'ਚ ਸਟੱਡੀ ਕਰਦੇ ਹੈਗੇ? ਹਾਂਜੀ ਸਰ, ਮੈਂ ਬਠਿੰਡੇ ਦੇ ਵਿੱਚ ਸਟੱਡੀ ਕਰਦਾ ਹਾਂ, ਬੀ ਕੌਮ ਓਨਰਸ ਦਾ ਸਟੂਡੈਂਟ ਹਾਂ ਫਾਈਨਲ ਈਅਰ ਦਾ, ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਮੈਂ ਸਟੂਡੈਂਟ ਹਾਂ। ਅਤੇ ਹੁਣ ਮੈਂ ਉਸ ਸਟੱਡੀ ਦੇ ਨਾਲ ਨਾਲ ਆਪਣੀ ਮੈਂ ਫਿਜ਼ੀਕ, ਆਪਣੀ ਬੋਡੀ ਅਤੇ ਆਪਣੀ ਜਿਹੜੀ ਆਪਣੇ ਆਪ ਨੂੰ ਮੋਟੀਵੇਟ ਕਰਦਾ ਹੋਇਆ, ਨਾਲ ਨਾਲ ਆਪਣੇ ਅਤੇ ਨਾਲ ਜਿੰਮ ਕਰਦਾ ਹੋਇਆ ਅਤੇ ਆਪਣੀ ਬੋਡੀ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ। ਨਾਲ ਤੁਹਾਡੀ ਬਾਂਹ ਕੱਟੀ ਹੋਈ ਹੈਗੀ ਹੈ, ਪਹਿਲਾਂ ਤਾਂ ਇੱਕ ਕਾਰਨ ਕਿਵੇਂ ਹੋਇਆ, ਕਿਵੇਂ ਕੱਟੀ ਗਈ ਬਾਂਹ? ਇਹ 2012 ਜੂਨ 27 ਦੀ ਗੱਲ ਹੈ, ਸਾਡੇ ਘਰ ਫੰਕਸ਼ਨ ਸੀਗਾ ਅਤੇ ਉੱਥੇ ਸਾਰੇ ਬੱਚੇ ਇਕੱਠੇ ਹੋਏ ਸੀਗੇ ਫੰਕਸ਼ਨ ਦੇ ਵਿੱਚ ਅਤੇ ਕੁਛ ਅਸੀਂ ਸ਼ੈਤਾਨੀਆਂ ਕਰਦੇ ਪਏ ਸੀਗੇ ਅਤੇ ਖੇਡਦੇ ਖੇਡਦੇ ਅਤੇ ਲਾਗੇ ਮੋਟਰ ਚੱਲਦੀ ਪਈ ਸੀ, ਪਾਣੀ ਵਾਲਾ ਬੋਰ ਚੱਲਦਾ ਸੀਗਾ ਅਤੇ ਮੇਰੇ ਹੱਥ 'ਚ ਟੋਵਲ ਸੀ, ਨਾਲ ਮੇਰਾ ਕਜ਼ਨ ਬ੍ਰਦਰ ਸੀਗਾ ਅਤੇ ਮੇਰਾ ਜਿਹੜਾ ਟੋਵਲ ਆ ਟੋਵਲ ਉਹਦੇ ਨਾਲ ਟੱਚ ਹੋ ਗਿਆ, ਉਹਦੇ ਉੱਤੇ ਡਿੱਗ ਗਿਆ ਅਤੇ ਉਹ ਮੇਰਾ ਹੱਥ ਉਸਦੇ ਵਿੱਚ ਫਸ ਗਿਆ ਅਤੇ ਉਹਦੇ ਵਿੱਚ ਫਸਣ ਕਰਕੇ ਅਤੇ ਮੇਰਾ ਹੱਥ ਨਾਲ ਐਟ ਅ ਟਾਈਮ ਹੀ ਅਲੱਗ ਹੋ ਗਿਆ ਅਤੇ ਕੱਟ ਗਿਆ ਸੀ ਮੇਰਾ ਹੱਥ। ਕਿੰਨਾ ਕੁ ਪ੍ਰੋਬਲਮ ਆਈ ਤੁਹਾਨੂੰ ਜਦੋਂ ਹੱਥ ਕੱਟਿਆ? ਉਦੋਂ ਤੁਸੀਂ ਛੋਟੀ ਉਮਰ ਦੇ ਸੀਗੇ, ਕਿੰਨੀ ਕੁ ਮੁਸ਼ਕਿਲ ਆਈ, ਕਿੰਨਾ ਕੁ ਮਹਿਸੂਸ ਹੋਇਆ ਤੁਹਾਨੂੰ ਵੀ ਹੱਥ ਕੱਟਿਆ ਗਿਆ ਹੈਗਾ? ਸਿਰ ਐਟ ਅ ਟਾਈਮ ਤਾਂ ਉਸ ਟਾਈਮ ਤਾਂ ਕੁਛ ਪਤਾ ਨਹੀਂ ਲੱਗਿਆ ਮੈਨੂੰ, ਕਿਉਂਕਿ ਇੱਕਦਮ ਜਦੋਂ ਕੋਈ ਇੰਜਰੀ ਹੁੰਦੀ ਆ, ਕੋਈ ਐਡਾ ਹਾਦਸਾ ਹੁੰਦਾ ਆ, ਮੈਨੂੰ ਉਦੋਂ ਕੁਛ ਫੀਲ ਨਹੀਂ ਹੋਇਆ। ਬਾਕੀ ਸਰ ਮਾਲਕ ਦੀ ਬਹੁਤ ਦਇਆ ਰਹੀ ਆ, ਬਹੁਤ ਉਹਨਾਂ ਨੇ ਨਾਲ ਸਾਥ ਦਿੱਤਾ, ਅੰਦਰੋਂ ਹੀ ਅੰਦਰ ਸਾਥ ਦਿੱਤਾ ਕਿ ਕੋਈ ਮੈਨੂੰ ਪੇਨ ਨਹੀਂ ਹੋਈ, ਮੈਂ ਅੱਖਾਂ 'ਚ ਹੰਝੂ ਨਹੀਂ ਆਇਆ। ਮੈਂ ਬਹੁਤ ਹਿੰਮਤ ਰੱਖ ਕੇ ਆਪਣੇ ਪਰਿਵਾਰ ਦੇ ਨਾਲ ਅਤੇ ਸਾਰਿਆਂ ਦੇ ਨਾਲ ਬਹੁਤ ਵਧੀਆ ਰਿਹਾ ਅਤੇ ਆਪਣਾ ਮੈਂ ਹੋਸਪਿਟਲ ਤੱਕ ਪਹੁੰਚਿਆ ਜੀ। ਉਸ ਤੋਂ ਬਾਅਦ ਹੁਣ ਜਰਨੀ 'ਚ ਤੁਹਾਡੀ 'ਚ ਕੀ ਮੁਸ਼ਕਿਲ ਆਈ? ਤੁਹਾਨੂੰ ਸਕੂਲ ਪੜ੍ਹਦੇ ਸਮੇਂ, ਕਾਲਜ ਪੜ੍ਹਦੇ ਸਮੇਂ ਮੁਸ਼ਕਿਲ ਮਹਿਸੂਸ ਕੀਤੀ ਕਿਤੇ ਤੁਸੀਂ? ਸਰ ਜਦੋਂ ਇੰਜਰੀ ਹੋਣ ਤੋਂ ਬਾਅਦ ਮੈਂ ਜਦੋਂ ਮੇਰਾ ਪਹਿਲਾ ਸਾਲ ਸੀਗਾ, ਇੱਕ ਸਾਲ ਮੈਂ ਘਰ ਹੀ ਰਿਹਾ, ਆਪਣਾ ਰੈਸਟ ਕੀਤਾ, ਆਪਣਾ ਆਪਣੀ ਬੋਡੀ ਰਿਕਵਰ ਹੋਈ ਮੇਰੀ ਅਤੇ ਚੀਜ਼ਾਂ ਨੂੰ ਯੂਜ਼ ਟੂ ਹੋਇਆ ਲੈ ਕੇ, ਅਤੇ ਜਦੋਂ ਮੈਂ ਆਪਣਾ ਸ਼ੁਰੂ ਕੀਤਾ, ਆਪਣਾ ਮੈਂ ਕਾਲਜ ਗਿਆ, ਮਤਲਬ ਸਕੂਲ ਗਿਆ, ਅਤੇ ਮੈਂ ਪਹਿਲੇ ਸਾਲ ਜਦੋਂ ਸਕੂਲ ਗਿਆ ਅਤੇ ਆਪਣਾ ਜਾ ਕੇ ਮੈਂ ਜਦੋਂ ਪਹਿਲਾ ਦਿਨ ਉੱਥੇ ਜੇ ਗਿਆ ਤਾਂ ਮੈਨੂੰ ਇੱਕ ਚੀਜ਼ ਫੀਲ ਹੋਈ ਕਿ ਮੈਂ ਇੱਕ ਸਾਰੇ ਬੱਚਿਆਂ ਨਾਲੋਂ ਕੁਛ ਅਲੱਗ ਹਾਂ, ਮੇਰਾ ਇੱਕ ਹੱਥ ਨਹੀਂ ਹੈਗਾ,
ਅਤੇ ਇਸ ਚੀਜ਼ ਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਲੱਗਦਾ ਸੀਗਾ ਕਿ ਮੈਨੂੰ ਇੱਕ ਚੀਜ਼ ਕਮੀ ਆ ਥੋੜ੍ਹੀ ਜਿਹੀ, ਪਰ ਉਹ ਕਮੀ ਹੌਲੀ ਹੌਲੀ ਕਰਕੇ ਸਾਰਿਆਂ ਨੇ ਜਦੋਂ ਮੇਰਾ ਸਾਥ ਦਿੱਤਾ, ਮੈਨੂੰ ਚੰਗਾ ਫੀਲ ਕਰਾਇਆ, ਵਧੀਆ ਲੱਗਿਆ ਮੈਨੂੰ, ਮੈਂ ਹੌਲੀ ਹੌਲੀ ਕਰਕੇ ਯੂਜ਼ ਟੂ ਹੋ ਗਿਆ ਅਤੇ ਮੈਨੂੰ ਉਹ ਚੀਜ਼ਾਂ ਕਦੀ ਫੀਲ ਹੀ ਨਹੀਂ ਹੋਇਆ ਕਿ ਮੇਰਾ ਇੱਕ ਹੱਥ ਨਹੀਂ ਹੈਗਾ ਜਾਂ ਮੈਂ ਹੈਂਡੀਕੈਪਡ ਹਾਂ। ਬਹੁਤ ਵਧੀਆ ਰਿਹਾ, ਸਾਰਿਆਂ ਨੇ, ਬਹੁਤ ਵੀਰ ਭਰਾਵਾਂ ਨੇ, ਸਾਰੀਆਂ ਭੈਣਾਂ ਨੇ ਬਹੁਤ ਕੋਪਰੇਟ ਕੀਤਾ ਮੇਰੇ ਨਾਲ, ਬੜੇ ਵਧੀਆ ਤਰੀਕੇ ਰੱਖਿਆ। ਹੱਥ ਨਾ ਹੋਣ ਦੇ ਬਾਵਜੂਦ ਖੇਤੀ ਵੀ ਕਰਦੇ ਰਹੇ ਹੈਗੇ ਹੋ, ਡਰਾਈਵਿੰਗ ਵੀ ਕਰ ਲੈਂਦੇ? ਹਾਂਜੀ ਸਰ, ਮੈਂ ਯੂਪੀ ਦੇ ਵਿੱਚ 12th ਤੱਕ ਮੈਂ ਯੂਪੀ 'ਚ ਪੜ੍ਹਿਆ, ਆਪਣੀ ਸਕੂਲਿੰਗ ਉੱਥੇ ਕੀਤੀ ਆ, ਅਤੇ ਮੈਂ ਆਪਣੀ ਖੇਤੀ ਵੀ ਕਰਾਉਂਦਾ ਰਿਹਾ, ਆਪਣੇ ਫਾਦਰ ਸਾਹਿਬ ਦੇ ਨਾਲ ਖੇਤੀ ਕਰਾਈ ਹੈ ਸਰ, ਨਾਲ ਆਪਣੇ ਜਿਹੜੇ ਖੇਤੀ ਦੇ ਧੰਦੇ ਆ, ਨਾਲ ਨਾਲ ਆਪਣਾ ਜਿਹੜਾ ਕਿੱਤਾ ਹੈ ਉਹਦੇ ਨਾਲ ਨਾਲ ਚੱਲਣਾ ਚਾਹੀਦਾ, ਅਤੇ ਮੈਂ ਆਪਣੀ ਪੂਰੀ ਸਪੋਰਟ ਦਿੱਤੀ ਅਤੇ ਨਾਲ ਆਪਣੇ ਫਾਦਰ ਸਾਹਿਬ ਦੇ। ਹੁਣ ਤੁਸੀਂ ਜਿੰਮ ਜੁਆਇਨ ਕੀਤਾ ਹੋਏਗਾ, ਜਿੰਮ 'ਚ ਵੀ ਥੋੜ੍ਹੀਆਂ ਵੀਡੀਓ ਵੀ ਕਾਫੀ ਸੋਸ਼ਲ ਮੀਡੀਆ 'ਤੇ ਚੱਲਦੀਆਂ ਹੈਗੀਆਂ, ਇੰਸਟਾਗ੍ਰਾਮ 'ਤੇ ਵੀ ਤੁਹਾਡਾ ਅਕਾਊਂਟ ਹੈ, ਕਿਸ ਤਰ੍ਹਾਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਦਾ ਤੁਸੀਂ ਸਪਿਰਿਟ ਦਿੰਦੇ ਹੈਗੇ ਹੋ, ਕਿਸ ਤਰ੍ਹਾਂ ਦੀ ਜਾਗਰੂਕ ਕਰਦੇ ਹੋ? ਮੈਂ ਸਭ ਤੋਂ ਪਹਿਲਾਂ ਤਾਂ ਇਹ ਸੋਚਿਆ ਜਦੋਂ ਮੈਂ ਇੱਥੇ ਆ ਕੇ ਬਠਿੰਡੇ ਆ ਕੇ ਜਿੰਮ ਸ਼ੁਰੂ ਕੀਤੀ, ਮੈਂ ਸੋਚਿਆ ਕਿ ਜਦੋਂ ਮੈਂ ਆਪਣੀ ਫਿਜ਼ੀਕ ਦੇ ਉੱਤੇ ਧਿਆਨ ਦੇਣਾ, ਆਪਣੀ ਬਾਡੀ ਦੇ ਉੱਤੇ ਧਿਆਨ ਦੇ ਰਿਹਾ, ਅਤੇ ਮੈਨੂੰ ਇਹ ਚੀਜ਼ ਲੱਗੀ ਕਿ ਕੁਛ ਲੋਕ ਹੁੰਦੇ ਆ ਕਿ ਜਿਹੜੇ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਜਿੰਮ 'ਚ ਆ ਕੇ ਵਰਕਆਊਟ ਨਹੀਂ ਕਰਦੇ, ਘਰ ਬੈਠੇ ਰਹਿੰਦੇ ਆ, ਸੋਚਦੇ ਕਿ ਅਸੀਂ ਕਰ ਨਹੀਂ ਸਕਦੇ, ਮਿਹਨਤ ਬਹੁਤ ਆ, ਮਿਹਨਤ ਨਹੀਂ ਕਰਦੇ, ਅਤੇ ਮੈਨੂੰ ਇਹ ਚੀਜ਼ ਲੱਗੀ ਕਿ ਮੈਂ ਆਪਣਾ ਇੰਸਟਾਗ੍ਰਾਮ ਦੇ ਉੱਤੇ ਅਕਾਊਂਟ ਬਣਾਵਾਂ, ਅਕਾਊਂਟ ਬਣਾ ਕੇ ਸਾਰਿਆਂ ਤੱਕ ਮੇਰੀਆਂ ਵੀਡੀਓਜ਼ ਜਾਣ, ਮੇਰੇ ਲੋਕ ਮੈਨੂੰ ਵੇਖਣ, ਅਤੇ ਉਹਨਾਂ ਨੂੰ ਅੰਦਰੋਂ ਮੋਟੀਵੇਸ਼ਨ ਮਿਲੇ ਕਿ ਜੇ ਇੱਕ ਬੱਚਾ ਇੱਕ ਹੱਥ ਨਾ ਹੋਣ ਦੇ ਬਾਵਜੂਦ ਵੀ ਇੰਨਾ ਵਰਕਆਊਟ ਕਰਦਾ ਪਿਆ, ਜਿੰਮ ਕਰਦਾ ਪਿਆ, ਅਤੇ ਅਸੀਂ ਵੀ ਕਰੀਏ। ਅਤੇ ਮੇਰਾ ਵੈਸੇ ਮੈਂ ਪੇਜ ਬਣਾਇਆ ਇਸੇ ਕਰਕੇ, ਬਾਕੀ ਮੇਰਾ ਤਾਂ ਇਹੀ ਕਹਿਣਾ ਹੈ ਕਿ ਹਮੇਸ਼ਾ ਮਿਹਨਤ ਕਰਦੇ ਰਹੋ ਅਤੇ ਅੱਗੇ ਵਧੋ, ਕਦੀ ਵੀ ਕੋਈ ਚੀਜ਼ ਇਹੋ ਜਿਹੀ ਨਹੀਂ ਕਿ ਜਿਹੜੀ ਤੁਸੀਂ ਨਹੀਂ ਕਰ ਸਕਦੇ, ਨਹੀਂ ਪਾ ਸਕਦੇ। ਪੰਜਾਬ 'ਚ ਨੌਜਵਾਨ ਨਸ਼ੇ ਵੱਲ ਬਹੁਤ ਜਾ ਰਹੇ ਨੇ, ਜਿਵੇਂ ਪਹਿਲਾਂ ਗੱਲ ਕੀਤੀ ਹੈ, ਨੌਜਵਾਨ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਨੇ, ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ ਵੀਡੀਓ ਪਾਉਂਦੇ ਹੈਗੇ ਹੋ, ਮੋਟੀਵੇਟ ਕਰਦੇ ਹੈਗੇ ਹੋ, ਫਰਕ ਪੈਂਦਾ ਤੁਹਾਨੂੰ ਕਾਲਜ 'ਚ ਵੀ ਮਿਲਦੇ ਆ ਨੌਜਵਾਨ? ਹਾਂਜੀ ਸਰ, ਮੈਨੂੰ ਕਾਲਜ 'ਚ ਵੀ ਮਿਲਦੇ ਆ, ਮੈਨੂੰ ਜਿੰਮ 'ਚ ਮਿਲਦੇ ਆ, ਜੇ ਕਿਸੇ ਨੇ ਮੇਰੀ ਵੀਡੀਓ ਵੇਖੀ ਆ ਬਠਿੰਡੇ ਸ਼ਹਿਰ 'ਚ ਜਾਂ ਲਾਗੇ ਲਾਗੇ, ਤਾਂ ਉਹ ਹਮੇਸ਼ਾ ਇਹੀ ਗੱਲ ਕਹਿੰਦੇ ਕਿ ਅਸੀਂ ਬੜੇ ਮੋਟੀਵੇਟ ਹੋਏ ਹਾਂ, ਅਤੇ ਸਾਨੂੰ ਵੀ ਲੱਗਦਾ ਸੀ ਵੀ ਜਿੰਮ ਸ਼ੁਰੂ ਕੀਤੀ, ਅਸੀਂ ਵਰਕਆਊਟ ਕਰਦੇ। ਬਾਕੀ ਸਰ, ਸੋਸ਼ਲ ਮੀਡੀਆ 'ਤੇ ਬਹੁਤ ਵਧੀਆ ਰਿਸਪੋਂਸ ਆਇਆ ਮੇਰੀ ਵੀਡੀਓਜ਼ 'ਤੇ, ਬੜਿਆਂ ਲੋਕਾਂ ਨੇ ਕਮੈਂਟ ਕੀਤੇ, ਬੜੇ ਵੀਰਾਂ ਨੇ ਕਮੈਂਟ ਕੀਤੇ ਕਿ ਤੂੰ ਬਹੁਤ ਚੰਗਾ ਕਰਦਾ ਪਿਆ, ਤੇਰੇ ਵੱਲ ਵੇਖ ਕੇ ਸਾਨੂੰ ਵੀ ਮੋਟੀਵੇਸ਼ਨ ਮਿਲੀ, ਅਸੀਂ ਸਵੇਰ ਤੋਂ ਜਿੰਮ ਜਾਣ ਲੱਗ ਗਏ ਜਾਂ ਅਸੀਂ ਰੈਗੂਲਰ ਸ਼ੁਰੂ ਕਰ ਦਿੱਤੀ, ਅਤੇ ਸਰ ਇਹਦਾ ਬਹੁਤ ਵਧੀਆ ਰਿਸਪੋਂਸ ਆ। ਬਾਕੀ ਸਰ, ਨਸ਼ੇ ਜਿਹੜੀ ਗੱਲ ਆਪਾਂ ਕਰ ਲਈਏ ਨਸ਼ਿਆਂ 'ਤੇ, ਪੰਜਾਬ 'ਚ ਆਪਾਂ ਦੇਖਦੇ ਹਾਂ ਕਿ ਨਸ਼ੇ ਬਹੁਤ ਵੱਧਦੇ ਪਏ ਆ, ਬਹੁਤ ਨਸ਼ੇ ਹੋ ਰਹੇ ਆ, ਅਤੇ ਇਸ ਚੀਜ਼ ਨੂੰ ਆਪਾਂ ਕਿਵੇਂ ਘੱਟ ਕਰ ਸਕਦੇ ਹਾਂ? ਇਸ ਚੀਜ਼ ਨੂੰ ਆਪਾਂ ਘੱਟ ਕਰ ਸਕਦੇ ਹਾਂ ਆਪਣੇ ਆਪਣੀ ਫਿਜ਼ੀਕ 'ਤੇ ਧਿਆਨ ਦੇ ਕੇ, ਆਪਣਾ ਧਿਆਨ ਡਾਈਵਰਟ ਕਰਕੇ ਜਿੰਮ ਵੱਲ, ਖੇਡਾਂ ਵੱਲ। ਆਪਾਂ ਜਿੰਮ 'ਚ ਜਾਵਾਂਗੇ, ਆਪਣਾ ਵਰਕਆਊਟ ਕਰਾਂਗੇ, ਸਰੀਰ ਦੀ ਮਿਹਨਤ ਕਰਾਂਗੇ, ਪਸੀਨਾ ਕੱਢਾਂਗੇ, ਜਦੋਂ ਆਪਾਂ ਪਸੀਨਾ ਕੱਢਾਂਗੇ ਆਪਣਾ ਆਟੋਮੈਟਿਕਲੀ ਸਰੀਰ ਆ ਖੁਰਾਕ ਮੰਗੂਗਾ ਚੰਗੀ, ਅਤੇ ਆਪਾਂ ਚੰਗੀ ਖੁਰਾਕ ਦੇਵਾਂਗੇ ਆਪਣੀ ਸਿਹਤ ਬਣੂਗੀ, ਨਸ਼ਿਆਂ ਕੋਲੋਂ ਆਪਾਂ ਦੂਰ ਹੋਵਾਂਗੇ। ਪ੍ਰੋਬਲਮ ਕਿਸ ਤਰ੍ਹਾਂ ਆਉਂਦੀ? ਤੁਸੀਂ ਪਹਿਲਾਂ ਗੱਲ ਕੀਤੀ ਟਰੈਕਟਰ ਚਲਾ ਲੈਂਦੇ ਹੋ, ਗੱਡੀ ਵੀ ਚਲਾ ਲੈਂਦੇ, ਫਿਰ ਡਰਾਈਵਿੰਗ ਲਾਇਸੈਂਸ ਦਾ ਕੋਈ ਪ੍ਰਬੰਧ ਹੋਇਆ ਜਾਂ ਗੱਡੀ ਕਿੰਨੀ ਚਲਾ ਲੈਂਦੇ ਹੋ? ਸਰ ਬਾਕੀ ਮੈਂ ਸਰ ਟਰੈਕਟਰ ਜ਼ਿਆਦਾ ਚਲਾਇਆ ਸਰ, ਖੇਤੀ ਦੇ ਵਿੱਚ ਜ਼ਿਆਦਾ ਟਰੈਕਟਰ ਚਲਾਇਆ, ਬਾਈਕ ਵੀ ਮੈਂ ਚਲਾ ਲੈਂਦਾ, ਮੈਂ ਓਨੇ ਕੁ ਏਰੀਏ 'ਚ ਹੀ ਰਿਹਾ ਹਾਂ ਕਿ ਮੈਂ ਵੱਡੇ ਰੋਡ 'ਤੇ ਗੱਡੀ ਵੀ ਚਲਾਈ ਸਰ, ਬਹੁਤ ਘੱਟ, ਬਹੁਤ ਘੱਟ ਲੈ ਕੇ ਆਉਂਦਾ ਕਿ ਸਾਰੇ ਰੂਲ ਐਂਡ ਰੈਗੂਲੇਸ਼ਨ ਵੀ ਫੋਲੋ ਕਰਨੇ ਆ, ਕਿਉਂਕਿ ਮੇਰੇ ਕੋਲ ਹਜੇ, ਮੈਂ ਕਾਫੀ ਟਾਈਮ ਆਰਟੀਓ ਆਫਿਸ ਵੀ ਗਿਆ, ਉਹਨਾਂ ਨੇ ਮੈਨੂੰ ਮੋੜ ਦਿੱਤਾ ਕਿ ਲਾਇਸੈਂਸ ਬੇਟਾ ਤੁਹਾਡਾ ਨਹੀਂ ਬਣ ਸਕਦਾ ਕਿ ਤੁਹਾਡੇ ਹੈਂਡੀਕੈਪਡ ਕਰਕੇ। ਬਾਕੀ ਸਰ ਹੁਣ ਕੁਛ ਨਵੇਂ ਰੂਲਸ ਆਏ ਆ, ਅਤੇ ਸ਼ਾਇਦ ਹੁਣ ਮੇਰਾ ਡਰਾਈਵਿੰਗ ਲਾਇਸੈਂਸ ਬਣ ਜਾਵੇ। ਬਾਕੀ ਸਰ ਮੈਂ ਪੂਰਾ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਦਾ ਹਾਂ ਕਿ ਜਿੱਥੇ ਹੈਗਾ ਕਿ ਆਪਾਂ ਨਹੀਂ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣੀ ਅਤੇ ਆਪਾਂ ਨਹੀਂ ਚਲਾਈ ਦੀ ਜੀ। ਬਿਲਕੁਲ, ਕਿਤੇ ਨਾ ਕਿਤੇ ਡਰਾਈਵਿੰਗ ਲਾਇਸੈਂਸ ਕਰਕੇ ਤੁਹਾਨੂੰ ਸਮੱਸਿਆ ਆ ਰਹੀ ਹੈ, ਵੈਸੇ ਤੁਸੀਂ ਸਭ ਕੁਝ ਡਰਾਈਵ ਕਰ ਲੈਂਦੇ ਹੈਗੇ ਹੋ? ਹਾਂਜੀ ਸਰ, ਸਾਰਾ ਕੁਛ ਮੈਂ, ਜੇ ਗੱਲ ਕਰੀਏ, ਹਰ ਚੀਜ਼ ਮੈਨੂੰ ਚਲਾਉਣੀ ਆਉਂਦੀ ਆ, ਹਰ ਤਰੀਕੇ ਨਾਲ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਉਂਦੀ, ਇੱਕ ਹੱਥ ਨਾਲ ਵੀ ਸਾਰਾ ਕੁਛ ਪੋਸੀਬਲ ਆ, ਹਰ ਚੀਜ਼ ਹੋ ਸਕਦੀ ਆ ਜੇ ਆਪਣਾ ਦਿਮਾਗ ਅਤੇ ਆਪਣਾ ਦਿਲ ਚਾਹੁੰਦਾ ਆ, ਅਤੇ ਆਪਣੀ ਜੇ ਇੱਛਾ, ਅੰਦਰੋਂ ਇੱਛਾ, ਤਾਂ ਆਪਾਂ ਹਰ ਚੀਜ਼ ਕਰ ਸਕਦੇ ਹਾਂ, ਕੋਈ ਚੀਜ਼ ਵੀ ਕਿਸੇ ਚੀਜ਼ ਤੋਂ ਘੱਟ ਨਹੀਂ ਹੈਗਾ। ਬਿਲਕੁਲ, ਇਹ ਨੌਜਵਾਨ
ਨਾ ਤੁਸੀਂ ਗੱਲਬਾਤ ਸੁਣੀ। ਇਹ ਉਹਨਾਂ ਨੌਜਵਾਨਾਂ ਲਈ ਪ੍ਰੇਰਿਤ ਬਣ ਰਿਹਾ, ਉਹਨਾਂ ਨੌਜਵਾਨਾਂ ਲਈ ਮਿਸਾਲ ਬਣ ਰਿਹਾ ਜੋ ਘਰਾਂ ਵਿੱਚ ਬੈਠੇ ਨੇ, ਕੁਛ ਨਹੀਂ ਕਰ ਰਹੇ ਜਾਂ ਨਸ਼ੇ ਦੀ ਲੱਤ ਵਿੱਚ ਫਸ ਰਹੇ ਨੇ। ਉਹਨਾਂ ਨੌਜਵਾਨਾਂ ਨੂੰ ਇਸ ਤੋਂ ਕੁਛ ਸਿੱਖਣ ਦੀ ਜ਼ਰੂਰਤ ਹੈ। ਮਨੀਸ਼ ਗਰਗ, PTC ਨਿਊਜ਼, ਬਠਿੰਡਾ।